ਕੁਝ ਚਿਰ ਪਿੱਛੋਂ ਉਹ ਬੀਬੀ ਪਹਿਲਾਂ ਤੋਂ ਛੋਈ ਹੋਈ ਗੱਲ ਮੇਰੀ ਨਾਨੀ ਨੂੰ ਸੁਣਾਵਣ ਲੱਗ ਪਈ ਕਿ ਭੈਣ ਵੱਡੀਏ, ਭਰਾ ਤੇਰਾ ਅੱਗੇ ਵੀ ਤੇ ਕਈ ਵਾਰੀ ਅੰਦਰ ਟੁੱਟ ਜਾਂਦਾ ਰਿਹਾ, ਕਿਹੜੀ ਕੋਈ ਨਵੀਂ ਗੱਲ ਹੈ, ਸਾਡੀ ਤੇ ਉਮਰ ਹੀ ਸਾਰੀ ਲੰਘ ਗਈ ਇਹੋ ਕੁਝ ਵੇਖਦੇ। ਆ ਨਿੱਕੀ ਜਰਾ ਡੋਲੀ ਹੋਈ ਏ ਸਭ, ਅੱਜ ਮੁਲਾਕਾਤ ਤੇ ਵੀ ਪਿਓ ਨੂੰ ਵੇਖ ਕੇ ਡੁਸਕਣ ਲੱਗ ਪਈ। ਉਹਨੇ ਮੇਰੀ ਨਾਨੀ ਦੇ ਸੱਜੇ ਗੋਡੇ ਨਾਲ ਬੈਠੀ ਕੁੜੀ ਵੱਲ ਮੁਸਕਲਾਉਂਦਿਆਂ ਆਖਿਆ, ਮੇਰੀ ਨਾਨੀ ਨੇ ਛੇਤੀ ਨਾਲ ਉਸ ਕੁੜੀ ਨੂੰ ਕਲਾਵੇ ਵਿੱਚ ਲੈ ਕੇ ਹਿੱਕ ਨਾਲ ਲਾ ਲਿਆ ਤੇ ਉਹਦਾ ਸਿਰ ਚੁੰਮਣ ਲੱਗ ਪਈ। ਉਹ ਕੁੜੀ ਫਿਰ ਡੁਸਕ ਪਈ। ਮੈਂ ਉੱਥੋਂ ਝੋਲੀ ਵਿੱਚ ਬੈਠਿਆਂ ਹੀ ਨੀਝ ਨਾਲ ਉਹਦੇ ਮੂੰਹ ਵੱਲ ਵੇਖਿਆ, ਤੱਤੀਆਂ ਤੱਤੀਆਂ ਅੱਥਰਾਂ ਉਹਦੀਆਂ ਅੱਖਾਂ ਚੋਂ ਸਿਮ ਕੇ ਨੱਕ ਦੀ ਨਕੋਲੀ ਤੋਂ ਹੁੰਦੀਆਂ ਮੇਰੀ ਨਾਨੀ ਦੀ ਹਿੱਕ ਵਿੱਚ ਗੁਆਚਦੀਆਂ ਪਈਆਂ ਸੀ। ਲੈ ਕਮਲੀ ਧੀ ਕਿਵੇਂ ਰੋਂਦੀ ਪਈ, ਇਹਦੀ ਹੋਸ਼ ਚ ਪਹਿਲੀ ਵਾਰੀ ਇੰਜ ਹੋਇਆ ਨਾ ਇਸ ਪਾਰੋਂ, ਨਾਨੀ ਉਹਨੂੰ ਤਸੱਲੀ ਦਿੰਦੀ ਬੋਲੀ। ਮੇਰਾ ਦਿਲ ਕੀਤਾ ਜਾਵਾਂ ਤੇ ਆਪਣੇ ਝਿੱਗੇ ਨਾਲ ਉਹਦੀਆਂ ਅੱਖਾਂ ਪੂੰਝ ਦੇਵਾਂ। ਮੈਨੂੰ ਸਮਝ ਆ ਗਈ ਸੀ ਭਈ ਇਹ ਮੇਰੇ ਬਾਬੇ ਦਾ ਜੀਆ ਜੰਤ ਆਇਆ ਹੋਇਆ ਤੇ ਬਾਬਾ ਕਿਸੇ ਮੁਕੱਦਮੇ ਚ ਅੰਦਰ ਹੋ ਗਿਆ। ਮੇਰਾ ਮਨ ਕਾਲਾ ਪੈ ਗਿਆ ਤੇ ਮੈਂ ਬਾਬੇ ਦੀ ਘਰਵਾਲੀ ਕੋਲੋਂ ਉੱਠ ਖਲੋਤਾ। ਮੇਰੀਆਂ ਆਪਣੀਆਂ ਅੱਖਾਂ ਵੀ ਭਰ ਆਈਆਂ ਸਨ। ਜਿਸ ਵੇਲੇ ਬਾਬੇ ਦੀ ਘਰੋਂ ਨੇ ਦੱਸਿਆ, ਵੱਡੀਏ ਇਹਨੂੰ ਰੋਣਾ ਵੇਖ ਕੇ ਵੀਰ ਤੇਰਾ ਤਪ ਗਿਆ ਤੇ ਮੈਨੂੰ ਆਖਣ ਲੱਗਾ, ਸਬਰਾਈਏ ਇਹਨੂੰ ਉੱਥੇ ਗੋਪੇ ਰਾਵਾਂ ਵੱਲ ਹੀ ਛੱਡ ਆਉਣਾ ਸੀ, ਐਵੇਂ ਨਾਲ ਲਿਆਵਣ ਦੀ ਕੀ ਲੋੜ ਸੀ। ਇਹ ਸੁਣ ਕੇ ਸਭ ਹੋਰ ਹੁਬੱਕੇ ਲੈ ਕੇ ਰੋਣ ਲੱਗ ਪਏ ਤੇ ਫਿਰ ਮੈਨੂੰ ਖਬਰੇ ਕੀ ਹੋਇਆ, ਮੇਰੀਆਂ ਆਪਣੀਆਂ ਅੱਖਾਂ ਵੀ ਉਛਲ ਤਾਰੂ ਹੋਈਆਂ। ਨਹੀਂ ਫੜੋ ਨੀ ਭਣੇਵੇ ਨੂੰ, ਮਾਸੀ ਨੂੰ ਰੋਂਦਾ ਵੇਖ ਕੇ ਵੀ ਫਿਸ ਪਿਆ। ਬੀਬੀ ਨੇ ਆਪਣੀਆਂ ਬਾਕੀ ਦੋਵਾਂ ਕੁੜੀਆਂ ਨੂੰ ਆਖੇ, ਉਹਨਾਂ ਮੈਨੂੰ ਝੱਟ ਆਪਣੇ ਵੱਲ ਧਰੂ ਲਿਆ ਤੇ ਲੱਗ ਪਈਆਂ ਪਰਚਾਣ ਬੁਲਾਣ। ਮੈਂ ਤੇ ਇਸੇ ਗੱਲੋਂ ਡਰਦੀ ਧੀ ਬੀਬਾਂ ਵੱਲ ਨਹੀਂ ਗਈ, ਭਾਵੇਂ ਉਹਦਾ ਘਰ ਤੁਹਾਡੇ ਤੋਂ ਪਹਿਲਾਂ ਆਉਂਦਾ ਸੀ, ਪਰ ਮੈਨੂੰ ਤੱਤੀ ਨੂੰ ਕੀ ਪਤਾ ਸੀ ਅੱਗੋਂ ਦੋਤਲਾ ਟੱਕਰ ਪਵੇਗਾ ਤੇ ਮਾਲ ਹੀ ਕਸਰ ਕੱਢ ਦੇਗਾ। ਉਹ ਚਾਰੇ ਮਾਵਾਂ ਧੀਆਂ ਸਾਰਾ ਦਿਨ ਨਾਨੀ ਵੱਲ ਰਹੀਆਂ, ਉਹਨਾਂ ਮੈਨੂੰ ਵੱਡੇ ਸਾਰੇ ਨੂੰ ਆਪਣੇ ਕੁਛੜੋਂ ਨਾਲ ਲੱਥਣ ਦਿੱਤਾ। ਨਿੱਕੀ ਸਾਬੋ ਨੇ ਮੇਰੇ ਰੋਣ ਪਿੱਛੋਂ ਦਰਵਾਜ਼ ਬੰਨ੍ਹ ਲਏ, ਅੱਖਾਂ ਪੂੰਝ ਲਈਆਂ ਤੇ ਮੈਨੂੰ ਆਪਣੇ ਕੋਲ ਸੱਦ ਕੇ ਬਾ ਲਿਆ। ਮੂੰਹੋਂ ਕੁਝ ਨਾ ਬੋਲੀ। ਜਦੋਂ ਉਹ ਚੱਲੀਆਂ ਤੇ ਨਾਨੀ ਨੇ ਟਰੰਕ ਖੋਲ ਕੇ ਉਹਨਾਂ ਨੂੰ ਝੱਗਾ ਚੁੰਨੀ ਦੇ ਕੇ ਟੋਰਿਆ ਸਾਰੀਆਂ। ਬਾਬੇ ਦਾ ਇੱਕ ਪੁਰਾਣਾ ਬਲਵੇ ਦਾ ਮੁਕੱਦਮਾ ਸੀ, ਇੱਕ ਦੋ ਪੇਸ਼ੀਆਂ ਭੁਗਤਣ ਮਗਰੋਂ ਉਸ ਅਦਾਲਤ ਜਾਣਾ ਛੱਡ ਦਿੱਤਾ। ਉਹਦੀ ਪਰ ਉਹਦੇ ਵਰੰਟ ਨਿਕਲ ਆਏ, ਪੁਲਿਸ ਨੇ ਫੜ ਕੇ ਉਹਨੂੰ ਅੰਦਰ ਦੇ ਦਿੱਤਾ। ਗੱਲ ਕੋਈ ਏਡੀ ਵੱਡੀ ਨਹੀਂ ਸੀ, ਐਵੇਂ ਮੈਜਿਸਟ੍ਰੇਟ ਨੇ ਰੌ ਖਾ ਕੇ ਕਾਰਵਾਈ ਠੋਕ ਦਿੱਤੀ ਸੀ। ਕੁਝ ਦਿਨ ਡੱਕੇ ਰਹਿਣ ਪਿੱਛੋਂ ਉਹ ਬਾਹਰ ਆ ਗਿਆ। ਬਾਬੇ ਨੂੰ ਮੈਂ ਜਿੰਨਾ ਮਿਲਣ ਲਈ ਸਿੱਖਦਾ ਸਾਂ, ਉਨਾ ਹੀ ਮੇਰੀ ਉਹਦੀ ਮਿਲਣੀ ਦਾ ਸੂਤਰ ਨਹੀਂ ਸੀ ਪਿਆ ਬਣਦਾ। ਹੁਣ ਨਾਨੇ ਦੇ ਘਰ ਵੀ ਕਦੀ ਕਦਾਈ ਆਉਂਦਾ ਸੀ। ਮੈਂ ਨਾਨੇ ਨੂੰ ਪੁੱਛਿਆ, ਉਹ ਆਖਣ ਲੱਗਾ, ਪੁੱਤਰ ਉਹ ਕੰਮਾਂ ਕਾਰਨੇ ਵਾਲਾ ਬੰਦਾ, ਜਦੋਂ ਕਦੀ ਟਾਂਗ ਲੱਗੋ ਸੂ ਆਪੇ ਆਉਂਦਾ ਰਹੇਗਾ। ਪਰ ਮੇਰਾ ਸ਼ੌਕ ਤੇ ਜਿਵੇਂ ਜਿੰਨ ਦਾ ਰੂਪ ਵਟਾ ਗਿਆ ਹੋਇਆ ਸੀ। ਕਦੇ ਨਾਨੀ ਨਾਨੇ ਤੋਂ, ਕਦੀ ਆਪਣੇ ਮਾਂ ਪਿਓ ਤੋਂ ਮੈਂ ਬਾਬੇ ਬਾਰੇ ਖੋਤਰਾ ਖਾਤਰੀ, ਕਦੀ ਨਾਨੇ ਨਾਨੀ ਤੋਂ, ਕਦੇ ਆਪਣੇ ਮਾਂ ਪਿਓ ਤੋਂ ਮੈਂ ਬਾਬੇ ਬਾਰੇ ਖੋਤਰਾ ਖੋਤਰੀ ਕੀਤੀ ਰੱਖਦਾ। ਬਾਬੇ ਗਜਿਆਣੀਏ ਨਾਲ ਮੇਰੀ ਮਿਲਣੀ ਤੇ ਨਾ ਹੋਈ, ਪਰ ਕਰਦਿਆਂ ਕਰਾਉਂਦਿਆਂ ਮੇਰੇ ਕੋਲ ਉਹਦੇ ਬਾਰੇ ਵਾਹਵਾ ਸਾਰੀ ਜਾਣਕਾਰੀ ਜ਼ਰੂਰ ਇਕੱਠੀ ਹੋ ਗਈ। ਬਾਬੇ ਗਜਿਆਣੀਏ ਨਾਲ ਮੇਰੀ ਮਿਲਣੀ ਤੇ ਨਾ ਹੋਈ, ਪਰ ਕਰਦਿਆਂ ਕਰਾਉਂਦਿਆਂ ਮੇਰੇ ਕੋਲ ਉਹਦੇ ਬਾਰੇ ਵਾਹਵਾ ਸਾਰੀ ਜਾਣਕਾਰੀ ਜ਼ਰੂਰ ਇਕੱਠੀ ਹੋ ਗਈ। ਬਾਬੇ ਦਾ ਨਾਨਕਾ ਪਿੰਡ ਗਜਿਆਣਾ ਸੀ।
ਉਹ ਜੰਮਿਆ ਵੀ ਉੱਥੇ ਹੀ ਸੀ। ਮਾਵਾਂ ਅਕਸਰ ਪੇਕਿਆਂ ਦੇ ਹੀ ਵਿਆਮ ਕੱਟਦੀਆਂ ਨੇ, ਪਰ ਬਾਬਾ ਜੰਮਣ ਪਿੱਛੋਂ ਬਾਬਾ ਚੋਖਾ ਚਿਰ ਗਜਿਆਣਾ ਹੀ ਲਿਆ। ਆਪਣੇ ਪਿੰਡ ਜਦੋਂ ਮੁੜਿਆ ਤਾਂ ਨੱਸਣ ਭੱਜਣ ਜੋਗਾ ਹੋ ਗਿਆ ਆਇਆ ਸੀ। ਇੰਨਾ ਚਿਰ ਉਹਦੇ ਨਾਨਕੇ ਰਹਿਣ ਦੀ ਵਜ੍ਹਾ ਇਹੋ ਸੀ ਵੀ ਉਹਦਾ ਪਿਓ ਜਿਹੜਾ ਆਪ ਵੀ ਨਾਮੀ ਗ੍ਰਾਮੀ ਚੋਰ ਸੀ, ਚੋਰੀ ਦੇ ਇੱਕ ਮੁਕਦਮੇ ਚ ਬੱਜ ਗਏ। ਜਿੰਨਾ ਚਿਰ ਉਹ ਜੇਲ ਰਿਹਾ, ਬਾਬੇ ਦੀ ਮਾਂ ਨੂੰ ਸਹੁਰਿਆਂ ਵੱਲੋਂ ਲੈਣ ਕੋਈ ਨਾ ਗਿਆ। ਉਹ ਜੇਲੋਂ ਛੁੱਟਿਆ ਤੇ ਸਿੱਧਾ ਸਹੁਰਿਆਂ ਦੇ ਪੁੱਜੇ। ਇੰਜ ਦੋਵੇਂ ਪਿਓ, ਇੰਜ ਇਹ ਦੋਵੇਂ ਮਾਂ ਪੁੱਤਰ ਆਪਣੇ ਘਰ ਮੁੜੇ। ਗਜਿਆਣੇ ਚ ਜੰਮਣ ਤੇ ਫਿਰ ਉੱਥੇ ਹੀ ਵੱਡਾ ਹੋਣ ਪਾਰੋਂ ਬਾਬੇ ਦਾ ਪਿਓ ਉਹਨੂੰ ਗਜਿਆਣੀਆਂ ਆ ਕੇ ਕੁਆਂਦਾ ਬੁਲਾਉਂਦਾ। ਇੱਥੋਂ ਹੀ ਗਜਿਆਣੀਆਂ ਉਹਦੇ ਨਾਂ ਦਾ ਅਨਿੱਖੜਵਾਂ ਅੰਗ ਬਣ ਗਿਆ। ਚੋਰੀ ਦਾ ਕਸਬ ਬਾਬੇ ਨੇ ਆਪਣੇ ਪਿਓ ਤੋਂ ਸਿੱਖਿਆ। ਜੁੱਗਾ ਭੰਨਣ, ਮਾਲ ਡੰਗਰ ਕੱਢਣ ਦੇ ਜਿੰਨੇ ਵੀ ਗੁਰ ਸਨ ਉਹਨੂੰ ਪਿਓ ਨੇ ਹੀ ਦੱਸੇ। ਨੱਸਣ ਟੱਪਣ ਤੇ ਡਾਂਗ ਸੋਟਾ ਵਰਤਣ ਦੀ ਜਾਚ ਉਹਨੇ ਆਪ ਸਿੱਖੀ। ਕੌਡੀ ਤੇ ਭਲਵਾਨੀ ਦਾ ਵੀ ਚੰਗਾ ਚੋਖਾ ਜਾਣੂ ਸੀ। ਆਂਦੇ ਨੇ ਕੌਡੀ ਚ ਹੱਥ ਲਾਉਂਦਿਆਂ ਸਾਰ ਉਹਦੇ ਵਿਚ ਬਿਜਲੀ ਭਰੀ ਜਾਂਦੀ ਸੀ ਤੇ ਫਿਰ ਉਹ ਇੰਜ ਦੀ ਛੂਟ ਵੱਟਦਾ ਸੀ ਕਿ ਖਡਾਰ ਤਾਂ ਇੱਕ ਪਾਸੇ ਰਿਹਾ, ਵਾਹ ਵੀ ਉਹਨੂੰ ਤੱਕਦੀ ਰਹਿ ਜਾਂਦੀ ਸੀ। ਉਹਨੇ ਮੇਲਿਆਂ ਛਿੰਝਾਂ ਉੱਤੇ ਕਿਸੇ ਇੱਕ ਪਾਸਿਓਂ ਲੀੜੇ ਲਾਹ ਕੇ ਪਿੜ ਵਿੱਚ ਨਿਕਲਣਾ, ਦੂਜੇ ਪਾਸੇ ਨੇ ਖੇਡਣ ਤੋਂ ਇਨਕਾਰੀ ਹੋ ਜਾਣਾ। ਕਿਉਂ ਜੋ ਜਿਹੜੇ ਪਾਸੇ ਰਾਮੂ ਗਜਿਆਣੀਏ ਨਿਕਲ ਪੈਣਾ ਉਹਦੀ ਜਿੱਤ ਪੱਕੀ ਹੋ ਜਾਂਦੀ ਸੀ। ਭਲਵਾਨੀ ਉਹਨੇ ਚੋਖਾ ਚਿਰ ਨਾ ਕੀਤੀ, ਪਰ ਦੱਸਣ ਵਾਲੇ ਦੱਸਦੇ ਨੇ ਉਹਦੇ ਨਾਲ ਦਾ ਭਲਵਾਨ ਵੀ ਪੂਰੇ ਇਲਾਕੇ ਚ ਕੋਈ ਨਹੀਂ ਸੀ। ਪਹਿਲਾਂ ਪਹਿਲਾਂ ਤੇ ਬਾਬਾ ਆਪਣੇ ਪਿਓ ਨਾਲ ਹੀ ਰਲ ਕੇ ਚੋਰੀ ਕਰਦਾ ਰਿਹਾ, ਫਿਰ ਉਹਦੇ ਤੋਂ ਵੱਖਰਾ ਜਾਣ ਲੱਗ ਪਿਆ ਤੇ ਛੇਤੀ ਹੀ ਉਹਦੀਆਂ ਧੁੰਮਾਂ ਪਿਓ ਤੋਂ ਵਧੇਰੀਆਂ ਹੋ ਗਈਆਂ। ਚੋਰੀ ਦੇ ਕਸਬ ਨੂੰ ਉਹ ਹੋਰਨਾਂ ਚੋਰਾਂ ਤੋਂ ਵੱਖਰਾ ਹੀ ਲੈਂਦਾ ਸੀ। ਕੰਮ ਤੇ ਜਾਣ ਤੋਂ ਦੋ ਚਾਰ ਦਿਨ ਅਗਦੋਂ ਉਹ ਚਿੱਲੇ ਚ ਪੈ ਜਾਂਦਾ, ਨਾ ਕਿਸੇ ਨਾਲ ਗੱਲ ਕਰਦਾ ਨਾ ਕਿਸੇ ਨਾਲ ਬਹਿੰਦਾ, ਬਸ ਚੁੱਪ ਚਾਣ ਜਾਂ ਤੇ ਅੰਦਰ ਕੋਠੇ ਚ ਬੈਠਾ ਰਹਿੰਦਾ ਤੇ ਜਾਂ ਫਿਰ ਪਿੰਡੋਂ ਦੁਲਾਡਿਆਂ ਨਿਕਲ ਕੇ ਕਿਸੇ ਸੁੰਜੀ ਥਾਵੇਂ ਲੰਮਾ ਪਿਆ ਕਿੰਨਾ ਕਿੰਨਾ ਚਿਰ ਅਸਮਾਨ ਵੱਲ ਤੱਕਦਾ ਰਹਿੰਦਾ। ਕਦੀ ਕਦੀ ਵਿੱਚ ਉਹਦੇ ਬੁੱਲ ਵੀ ਹਿੱਲਣ ਲੱਗ ਪੈਂਦੇ ਜਿਵੇਂ ਕੁਝ ਪੜ੍ਹਦਾ ਪਿਆ। ਉਹ ਕੀ ਪੜ੍ਹਦਾ ਸੀ ਤੇ ਕਿਹੜੇ ਖਿਆਲਾਂ ਚ ਗੁਆਚਾ ਰਹਿੰਦਾ ਸੀ ਇਸ ਬਾਰੇ ਉਹਨੇ ਕਦੀ ਵੀ ਕਿਸੇ ਨੂੰ ਭੋਗ ਨਹੀਂ ਸੀ ਪੈਣ ਦਿੱਤਾ। ਫਿਰ ਉਹਦੇ ਕਸਬ ਉੱਤੇ ਨਿਕਲਣ ਦੀ ਰਾਤ ਆ ਜਾਂਦੀ। ਉਸ ਰਾਤ ਦੀ ਸ਼ਾਮ ਨੂੰ ਹੀ ਪਿੰਡਾਂ ਗ੍ਰਾਮਾਂ ਦੇ ਸਿਆਣੇ ਬੰਦੇ ਸਿਆਣ ਲੈਂਦੇ, ਲੱਗਦਾ ਪਿਆ ਵੀ ਇਹ ਰਾਤ ਗਜਿਆਣੀਏ ਦੀ। ਅਗਲੇ ਜਾਂ ਤੀਜੇ ਚੌਥੇ ਦਿਹਾੜੇ ਪਿੰਡ ਦੀ ਲਹਿੰਦੀ ਗੁੱਠੇ ਪੁਰਾਣੇ ਦਰਬਾਰ ਦੇ ਚੁਖੰਡੀ ਚ ਗਜਿਆਣੀਆਂ ਦੁਪਹਿਰਾਂ ਤਾਈਂ ਸੁੱਤਾ ਪਿਆ ਆਉਂਦਾ ਤੇ ਪੰਜਾਬ ਵਿਚ ਕਿਧਰੇ ਨਾ ਕਿਧਰੇ ਖੋਜੀ ਪੁਲਿਸ ਨੂੰ ਦੱਸਦੇ ਪਏ ਹੁੰਦੇ ਇਹ ਖੁਰਾ ਗਜਿਆਣੀਏ ਦਾ, ਪਿੰਡ ਦੇ ਦੁਆਲਿਓ ਇਹਨੇ ਅਗਾਂਹ ਕਿਤੇ ਨਹੀਂ ਜੇ ਟੁਰਨਾ। ਬਾਬੇ ਗਜਿਆਣੀਏ ਦਾ ਵਾਅਦਾ ਸੀ ਵੀ ਉਹ ਲੋਹੇ ਦੀ ਕੰਧ ਨੂੰ ਵੀ ਸੰਨ ਲਾ ਸਕਦਾ ਸੀ ਤੇ ਸੌ ਬੰਦੇ ਦੇ ਘੇਰੇ ਚੋਂ ਵੀ ਡੰਗਰ ਕੱਢ ਕੇ ਟੋਰ ਸਕਦਾ ਸੀ। ਪੱਕੀ ਤੋਂ ਪੱਕੀ ਕੰਧ ਵਿਚੋਂ ਵੀ ਇੰਜ ਟਾਕੀ ਕੱਢ ਲੈਂਦਾ ਸੀ ਜਿਵੇਂ ਕੰਧ ਨਾ ਹੋਵੇ ਕੋਈ ਹਦਵਾਣਾ ਹੋਵੇ। ਉਹਦੀ ਸਭ ਤੋਂ ਮਸ਼ਹੂਰ ਚੋਰੀ ਕਿਲੇ ਦੀ ਸੀ। ਕਿਸੇ ਮਿਹਣਾ ਮਾਰਿਆ, ਗਜਿਆਣੀਆ ਐਡਾ ਜੀ ਚੋਰ ਤਾਂ ਕਿਲੇ ਨੂੰ ਲੁਕੇ ਹਾਂ। ਬਾਬੇ ਸੁਣਿਆ ਤੇ ਉਹਨੂੰ ਇਹ ਮਿਹਣਾ ਲੜ ਗਿਆ ਤੇ ਫਿਰ ਉਹਨੇ ਕਿਲੇ ਚ ਚੋਰੀ ਕਰਕੇ ਵਿਖਾ ਦਿੱਤੀ। ਆਂਦੇ ਨੇ ਬਾਬਾ ਗੋਹ ਦੀ ਪੂਛਲ ਨਾਲ ਰੱਸਾ ਬੰਨ ਕੇ ਮੋਲੜ ਸ਼ਾਹ ਵਾਲੇ ਪਾਸਿਓਂ ਸੰਗੀਆਂ ਸਣੇ ਕਿਲੇ ਤੇ ਜਾ ਚੜਿਆ ਤੇ ਰਾਣੀ ਦੀਆਂ ਟੂਮਾਂ ਕੱਢ ਲਈਆਂ। ਪਾਰਵਾਂ ਨੂੰ ਲਾਦ ਹੋ ਗਈ, ਉਹਨਾਂ ਰੱਸੇ ਵਾਲੀ ਥਾਂ ਜਾ ਮੱਲੀ। ਬਾਬੇ ਨੇ ਜਦੋਂ ਉਥੋਂ ਨਿਕਲਣ ਦੇ ਸਾਰੇ ਰਾਹ ਬੰਦ ਡਿੱਠੇ ਤਾਂ ਸੰਗੀਆਂ ਦੇ ਕੰਨਾਂ ਵਿਚ ਵਾਰੀ ਵਾਰੀ ਇੱਕ ਗੱਲ ਸਮਝਾਈ ਤੇ ਫਿਰ ਉਹ ਸਾਰੇ ਜਣੇ ਪੀੜੀਆਂ ਲੈ ਕੇ ਕਿਲੇ ਤੋਂ
ਗਗੜਿਆਂ ਦੀਆਂ ਝੁੱਗੀਆਂ ਵਾਲੇ ਪਾਸੇ ਛਾਲਾ ਮਾਰ ਗਏ। ਪਰਵਾਂ ਨੇ ਉਹਨਾਂ ਉੱਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਪਰ ਉਹ ਨਿਕਲ ਗਏ। ਬਾਬੇ ਦੇ ਮੋਢੇ ਦਾ ਜੋੜ ਖਚਕਣ ਤੋਂ ਅੱਡ ਕਿਸੇ ਨੂੰ ਮਾੜੀ ਜੀ ਚਰੀਲਡ ਵੀ ਨਾ ਆਈ। ਗੱਲਾਂ ਦੇ ਬਾਬੇ ਦੇ ਕਾਰਨਿਆਂ ਦੀਆਂ ਬੇਅੰਤ ਸਨ। ਪੂਰੀ ਜ਼ਿੰਦਗੀ ਉਹਦੀ ਵਿੱਚ ਇੰਨੇ ਕੁ ਕਾਰਨੇ ਸਨ ਕਿ ਦਫ਼ਤਰਾਂ ਦੇ ਦਫ਼ਤਰ ਭਰੇ ਜਾਣ ਤੇ ਤਾਂ ਵੀ ਨਾ ਮੁੱਕਣ। ਸਭ ਤੋਂ ਵੱਧ ਸਵਾਦਲੀ ਗੱਲ ਇਹ ਹੀ ਹੈ ਵੀ ਬਾਬੇ ਨੇ ਕਦੀ ਚੋਰੀ ਕੀਤਾ ਮਾਲ ਮੋੜਿਆ ਨਹੀਂ ਸੀ। ਪੁਲਿਸਾਂ ਨੇ ਜਿੱਥੋਂ ਤੀਕਰ ਲੱਗਣੀ ਵਾਹ ਲਾ ਵੇਖਣੀ ਪਰ ਹਰਾਮ ਹੈ ਜੇ ਉਸ ਕਦੀ ਤੀਲਾ ਵੀ ਪਰਤਾਇਆ ਹੋਵੇ। ਮੈਂ ਬਾਬੇ ਨੂੰ ਦੋ ਵਾਰੀ ਵੇਖਿਆ ਸੀ, ਤੀਜੀ ਵਾਰ ਵੇਖਣਾ ਚਾਹੁੰਦਾ ਸਾਂ ਪਰ ਸੁਆਬੀ ਕੋਲ ਨਹੀਂ ਸੀ ਬਣਦਾ। ਬਾਬੇ ਨੇ ਹੁਣ ਵੀ ਸੰਗ ਜੋੜਿਆ ਆ ਸੀ, ਜਦੋਂ ਭੁੱਖਾ ਨੰਗਾ ਹੋਣ ਲੱਗਦਾ ਕਿਸੇ ਨਾ ਕਿਸੇ ਲਾਮ ਨੂੰ ਮੂੰਹ ਕਰ ਜਾਂਦਾ। ਉਹਦੇ ਸੰਗ ਵਿੱਚ ਉਹਦਾ ਇੱਕੋ ਇੱਕ ਪੁੱਤਰ, ਦੋ ਜਵਾਈ ਤੇ ਇੱਕ ਮਾਲੂ ਸਾਈ ਸੀ ਜਿਹੜਾ ਉਹਨੂੰ ਗੁਰੂ ਮੰਨਦਾ ਸੀ ਤੇ ਬੜੇ ਵਾਸਤਿਆਂ ਤਰਲਿਆਂ ਨਾਲ ਉਹਦਾ ਚੇਲਾ ਹੋਇਆ ਸੀ। ਇਹ ਚਾਰ ਤੇ ਪੰਜਵਾਂ ਉਹ ਆਪ, ਛੇਵਾਂ ਬੰਦਾ ਰਾਤ ਦੇ ਨੇਰਿਆਂ ਚ ਕਦੀ ਉਹਦੇ ਨਾਲ ਨਹੀਂ ਸੀ ਹੁੰਦਾ। ਬਾਬੇ ਨੇ ਇਹਨਾਂ ਚਾਰਾਂ ਨੂੰ ਆਪੋ ਆਪਣੀ ਥਾਈ ਕਸਬ ਦਾ ਚੰਗਾ ਵਜਰੀ ਕਰ ਦਿੱਤਾ ਹੋਇਆ ਸੀ। ਫਿਰ ਇੱਕ ਸ਼ਾਮ ਮੇਰੇ ਰੱਬ ਨੇ ਸੁਆਬ ਬਣਾ ਦਿੱਤਾ, ਉਹ ਜਿਵੇਂ ਮੇਰੀ ਸੁਣ ਲਈ ਸੀ। ਉਹ ਸ਼ਾਮ ਮੈਨੂੰ ਪੂਰੀ ਜ਼ਿੰਦਗੀ ਨਹੀਂ ਭੁੱਲਣੀ। ਮੈਂ ਕਿਸੇ ਜ਼ਰੂਰੀ ਕੰਮ ਲਈ ਨਾਨੇ ਦੇ ਘਰ ਗਿਆ ਤੇ ਅੱਗੇ ਨਾਨੇ ਕੋਲ ਬਾਬਾ ਗਜਾਣੀਆ ਬੈਠਾ ਆਇਆ ਸੀ। ਮੈਂ ਸਲਾਮ ਆਖਿਆ ਤੇ ਬੈਠਿਆਂ ਬੈਠਿਆਂ ਮੇਰੇ ਸਿਰ ਉੱਤੇ ਪਿਆਰ ਦਿੱਤੋ ਸੋ ਲੈ ਵੀ ਗੋਪੇ ਰਾਵਾ ਦੋਤਲਾ ਦੇ ਆਪਣਾ ਸ਼ੀਂਹ ਬਣਿਆ। ਪਰ ਉਹਨੇ ਇਹੋ ਜਿਹੀ ਕੋਈ ਗੱਲ ਬਾਤੋਂ ਨਾ ਕੱਢੀ, ਸਗੋਂ ਚੁੱਪ ਜਿਹਾ ਹੋ ਗਿਆ ਜਿਵੇਂ ਮੈਨੂੰ ਵੇਖ ਕੇ ਉਹ ਰਾਜ਼ੀ ਨਾ ਹੋਇਆ ਹੋਵੇ। ਉਂਜ ਵੀ ਉਹ ਕੁਝ ਹਿਰਖਿਆ ਆ ਵਹਾਲੀ ਦਿੰਦਾ ਪਿਆ ਸੀ। ਮੈਂ ਕੋਲ ਬਹਿ ਕੇ ਉਹਦੀਆਂ ਗੱਲਾਂ ਸੁਣਨੀਆਂ ਚਾਹੁੰਦਾ ਸਾਂ, ਉਹਦੇ ਤੋਂ ਕਈ ਕੁਝ ਪੁੱਛਣਾ ਚਾਹੁੰਦਾ ਸਾਂ, ਉਹਨੂੰ ਵੇਖਣਾ ਚਾਹੁੰਦਾ ਸਾਂ, ਪਰ ਉਹ ਤੇ ਮੇਰਾ ਨਾਨਾ ਦੋਵੇਂ ਕਿਸੇ ਡੂੰਘੇ ਵਹਿਣ ਚ ਡੁੱਬੇ ਹੋਏ ਸਨ। ਉਸ ਸ਼ਾਮ ਮੇਰੇ ਖਿਆਲ ਤੋਂ ਕਿਤੇ ਚੋਖਾ ਵਡੇਰਾ ਵੀ ਨਜ਼ਰੀ ਪੈਂਦਾ ਪਿਆ ਸੀ ਬਾਬਾ ਗਜਾਣੀਆ। ਉਸ ਸ਼ਾਮ ਬਾਬਾ ਮੇਰੇ ਖਿਆਲ ਤੋਂ ਕਿਤੇ ਚੋਖਾ ਵਡੇਰਾ ਵੀ ਨਜ਼ਰੀ ਪੈਂਦਾ ਪਿਆ ਸੀ। ਕਾਲੂ ਪੁੱਤਰ ਤੂੰ ਉਧਰ ਬਹੁ ਆਪਣੀ ਨਾਨੀ ਕੋਲ, ਉੜਕ ਨਾਨੇ ਮੈਨੂੰ ਆਖ ਹੀ ਦਿੱਤਾ। ਬਾਬਾ ਗਜਾਣੀਆ ਮੇਰੇ ਪ੍ਰੇਰੇ ਹੋਣ ਪਿੱਛੋਂ ਬਾਬਾ ਜੱਟ ਘੂਰ ਬੈਠਾ, ਮੇਰੇ ਨਾਨੇ ਨਾਲ ਸਿਰ ਜੋੜੀ ਤੇ ਫਿਰ ਨਾਨੀ ਨੂੰ ਸਲਾਮ ਤੇ ਮੇਰੇ ਸਿਰ ਉੱਤੇ ਸੁੱਕੇ ਜਿਹੇ ਹੱਥਾਂ ਨਾਲ ਪਿਆਰ ਦਿੰਦਾ ਟੁਰ ਗਿਆ। ਨਾਨੇ ਨਾਨੀ ਦੀਆਂ ਗੱਲਾਂ ਵਿੱਚੋਂ ਮੈਨੂੰ ਪਤਾ ਲੱਗਾ ਬਾਬੇ ਦੀ ਨਿੱਕੀ ਧੀ ਉਹਦੇ ਸ਼ਗਿਰਦ ਸਾਈ ਨਾਲ ਟੁਰ ਗਈ। ਬਾਬੇ ਨੇ ਦੋਵਾਂ ਪਿੱਛੇ ਬੰਦੇ ਲਾਏ, ਅਜੇ ਦੋਵਾਂ ਦਾ ਕੁਝ ਪਤਾ ਨਹੀਂ ਪਿਆ ਲੱਗਦਾ। ਬਾਬਾ ਰੋਹ ਤੇ ਹਿਰਖ ਨਾਲ ਅੰਨਾ ਹੋਇਆ। ਆਪਣੇ ਘਰ ਪਰਤ ਕੇ ਮੈਂ ਆਪਣੀ ਮਾਂ ਨੂੰ ਇਹੋ ਕਥਾ ਸੁਣਾਈ ਤਾਂ ਉਹਨੂੰ ਵੀ ਹਿਰਖ ਲੱਗ ਗਈ। ਕੜੀ ਮੁੜੀ ਇਹੋ ਹੀ ਆਖੇ, ਮਾਲੋ ਨੂੰ ਤੇ ਸਾਬੋ ਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ, ਮਾੜਾ ਕੀਤਾ, ਹੁਣ ਵੇਖੋ ਕੀ ਬਣਦਾ। ਚਾਚੇ ਤੂੰ ਕਿੰਨਾ ਕੁਛ ਲੁਕੇ ਰਹਿਣਗੇ, ਉਹਨੇ ਤੇ ਇਹਨਾਂ ਨੂੰ ਧੁਰ ਜ਼ਮੀਨ ਵਿੱਚੋਂ ਵੀ ਕੱਢ ਲੈਣਾ। ਉੜਕ ਉਹੋ ਹੀ ਹੋਇਆ। ਤ੍ਰੀਜੇ ਚੌਥੇ ਦਿਨ ਬਾਬਾ ਗਜਾਣੀਆ ਆਪਣੀ ਧੀ ਸਾਬੋ ਤੇ ਸ਼ਗਿਰਦ ਮਾਲੂ ਦੇ ਸਿਰ ਉੱਤੇ ਜਾ ਪਿਆ। ਧੀ ਨੇ ਬਥੇਰੇ ਵਾਸਤੇ ਕੱਤੇ ਪਰ ਉਹਨੇ ਜਵਾਈਆਂ ਦੇ ਪੁੱਤਰ ਹੱਥੋਂ ਮਾਲੂ ਨੂੰ ਛਵੀਆਂ ਤੇ ਬਰਸੀਆਂ ਨਾਲ ਥਾਂ ਮਰਵਾ ਦਿੱਤਾ ਤੇ ਸਾਬੋ ਰੋਂਦੀ ਕੁਰਲਾਂਦੀ ਨੂੰ ਉੱਥੇ ਹੀ ਛੱਡ ਕੇ ਪਿਛਾ ਪਰਦਾ ਹੈ। ਸਾਬੋ ਨੂੰ ਆਂਦੀ ਰਹਿ ਗਈ, ਮੈਨੂੰ ਕਾਹਦੇ ਲਈ ਛੱਡ ਚੱਲਿਆ, ਮੇਰਾ ਵੀ ਸੰਗ ਘੁੱਟਦਾ ਜਾ ਜ਼ੁਲਮੀ ਪਿਓਵਾ। ਉਹ ਪਿੰਡ ਮਾਲੂ ਦੇ ਲੱਗਦਿਆਂ ਲਾਣਿਆਂ ਦਾ ਸੀ। ਜਿੰਨਾ ਚਿਰ ਬਾਬਾ ਗਜਾਣੀਆ ਉੱਥੇ ਰਿਹਾ ਉਦੋਂ ਤੀਕਰ ਤੇ ਕਿਸੇ ਦਾ ਜਿਗਰਾ ਨਾ ਪਿਆ ਉਹਨੂੰ ਠੱਲਣ ਦਾ। ਪਰ ਜਦੋਂ ਸਭ ਉਹਨੇ ਵਰਲਾਪ ਗੱਤੇ ਤਾਂ ਸਾਰੇ ਆਣ ਜੁੜੇ, ਪੁਲਿਸ ਨੂੰ ਵੀ ਖਬਰ ਹੋ ਗਈ। ਸਭ ਉਹਨੇ ਪਿਓ ਭਰਾ ਤੇ ਭਣਵਈਆਂ ਦਾ ਨਾਂ ਲਿਖਾ ਦਿੱਤਾ, ਆਪ ਉਹ ਮੌਕਿਆਂ ਦੀ ਸ਼ਾਤੀ ਬਣ ਗਏ। ਬਾਬਾ ਪੁੱਤਰ ਤੇ ਜਵਾਈਆਂ ਸਣੇ ਫੜਿਆ ਗਿਆ। ਸਾਬੋ ਨੂੰ ਖਬਰੇ ਕੀ ਹੋ ਗਿਆ ਸੀ, ਉਹੀ ਸਾਬੋ ਜਿਹੜੀ ਪਿਓ ਨੂੰ ਸਿੱਖਾਂ ਪਿੱਛੇ ਵੇਖ ਕੇ
ਦਿਲ ਨਹੀਂ ਸੀ ਧਰਦੀ। ਹੁਣ ਪਿਓ ਨੂੰ ਫਾਇਲ ਲਵਾਉਣ ਤੇ ਚੜ ਖਲੋਤੀ ਸੀ। ਮੇਰਾ ਨਾਨਾ ਤੇ ਹੋਰ ਕਿੰਨੇ ਹੀ ਬਾਬੇ ਦੇ ਸੀਰ ਸਾਂਝ ਵਾਲੇ ਬੰਦੇ ਸਭ ਉਹਨੂੰ ਵਾਹ ਲਾ ਹਟੇ, ਪਰ ਉਹ ਕਿਸੇ ਗੱਲ ਉੱਤੇ ਆਉਂਦੀ ਨਹੀਂ ਸੀ। ਅੱਗੋਂ ਇਹੋ ਆਉਂਦੀ ਸੀ, ਉਹਨੇ ਮੇਰੇ ਸਾਈਂ ਨੂੰ ਮੇਰੀਆਂ ਅੱਖਾਂ ਸਾਹਮਣੇ ਵੱਢਿਆ। ਮੈਂ ਕਿੰਨੇ ਹਾਲੇ ਪਾਏ ਸਨ, ਪਿਓ ਹੁੰਦਾ ਤੇ ਖਲੋ ਨਾ ਜਾਂਦਾ, ਉਹ ਨਾ ਟਲਿਆ। ਮੈਂ ਤੇ ਆਖਿਆ ਸੀ ਮੈਨੂੰ ਵੀ ਮਾਰ ਗੱਤ, ਪਰ ਉਹ ਮੈਨੂੰ ਸਦਾ ਲਈ ਰੋਂਦੀ ਕੁਰਲਾਉਂਦੀ ਰਹਿਣ ਲਈ ਛੱਡ ਗਈ। ਲੈ ਫਿਰ ਸਾਮਾਂ ਕਰ ਲੈ ਜ਼ਾਲਮ ਪਿਓਵਾ, ਮੈਂ ਵੀ ਤੇਰੀ ਹੀ ਧੀ ਹਾਂ, ਹੁਣ ਵੱਟਾ ਲੈ ਕੇ ਹੀ ਛੱਡਾਂਗੀ ਤੇਰੇ। ਸਭ ਉਹ ਸੱਚੀ ਮੁੱਚੀ ਪਿਓ ਦੇ ਰੱਸੇ ਵੱਟਣ ਤੁਰ ਪਏ। ਪੁਲਿਸ ਨੇ ਦੋਵਾਂ ਧਿਰਾਂ ਨੂੰ ਆਹਮਣੇ ਸਾਹਮਣੇ ਵੀ ਲਿਆਂਦਾ। ਸਭ ਉਹਨੇ ਪਿਓ ਭਰਾ ਤੇ ਪਰਨਈਆਂ ਦੇ ਮੂੰਹ ਉੱਤੇ ਉਹ ਸੁਣਾਈ ਜੋ ਉਹਦੀਆਂ ਅੱਖਾਂ ਸਾਹਮਣੇ ਵਰਤੀ ਸੀ। ਭਰਾ ਨੇ ਉਹਨੂੰ ਅੱਗੋਂ ਤੋਂ ਮੰਦਾ ਕੀਤਾ ਤੇ ਬਾਬੇ ਨੇ ਉਹਨੂੰ ਡੱਕ ਦਿੱਤਾ। ਨਾ ਬਈ ਨਾ, ਇਹ ਜੋ ਆਂਦੀ ਇਹਨੂੰ ਆਖਣ ਦੇ ਤੇ ਕੰਨ ਖੋਲ ਕੇ ਸੁਣ ਲੈ। ਮੇਰੇ ਸਾਹਮਣੇ ਇਹਨੂੰ ਫਿੱਟੇ ਮੂੰਹ ਵੀ ਨਾ ਆਖੀ, ਨਹੀਂ ਤੇ ਮੇਥੋਂ ਬੁਰਾ ਕੋਈ ਨਹੀਂ ਹੋਵੇਗਾ। ਸਾਬੋ ਦਾ ਹਰ ਥਾਵੇਂ ਕੋਈ ਬਿਆਨ ਸੀ ਤੇ ਉਹਦੇ ਸਾਈ ਉੱਤੇ ਹੱਲਾ ਤੇ ਸਾਰਿਆਂ ਨੇ ਕੀਤਾ, ਪਰ ਉਹ ਮੋਇਆ ਉਹਦੇ ਪਿਓ ਦੇ ਹੱਥੋਂ ਹੈ। ਉਹਨੂੰ ਮਾਰਨ ਵਾਲਾ ਉਹਦਾ ਪਿਓ ਹੀ ਹੈ। ਬਾਬਾ ਰਹਿਮੂ ਗਜਾਣੀਆ ਪੱਕਾ ਮੂੰਹ ਕਰਕੇ ਸਭ ਉਹਦਾ ਬਿਆਨ ਹਰ ਵਾਰੀ ਸੁਣਦਾ, ਪਰ ਉਹਨੂੰ ਅੱਗੋਂ ਜਵਾਬ ਵਿੱਚ ਇੱਕ ਲਫ਼ਜ਼ ਵੀ ਨਾ ਆਖਦਾ, ਉਹਦੇ ਮੂੰਹ ਵੱਲ ਵੀ ਸਿੱਧਾ ਸਵਾਰਾ ਨਾ ਝਾਕਦਾ। ਉਹਦੇ ਸੀਰ ਸਾਂਝ ਵਾਲੇ ਬੰਦੇ ਜਿੰਨੇ ਵੀ ਸਭ ਉਹਨੂੰ ਮੇਲਾ ਪਾਉਣ ਗਏ ਸਨ, ਸਾਰੇ ਆਪਣੀ ਮਰਜ਼ੀ ਨਾਲ ਹੀ ਗਏ ਸਨ। ਬਾਬੇ ਨੇ ਕਿਸੇ ਨੂੰ ਵੀ ਨਹੀਂ ਸੀ ਆਖਿਆ ਆਪਣੀ ਧੀ ਸਾਬੋ ਕੋਲ ਜਾਣ ਦਾ। ਆਪਣੀ ਵਹੁਟੀ ਕੁੜੀਆਂ ਤੇ ਹੋਰ ਸਾਕਾਂ ਸੈਣਾਂ ਨੂੰ ਤੇ ਉਹਨੇ ਅਸਲੋਂ ਹੀ ਹੋੜ ਦਿੱਤਾ ਸੀ, ਖਬਰਦਾਰ ਤੁਹਾਡੇ ਚ ਜੇ ਕੋਈ ਵੀ ਉਹਦੇ ਮੱਥੇ ਲੱਗਿਆ ਉਹਦੇ ਅੱਗੇ ਰੋਣਾ ਜਾਂ ਬੋਲਿਆ। ਸਾਡੇ ਘਰ ਸਭ ਉਹਦੀ ਅੜੀ ਦੀਆਂ ਗੱਲਾਂ ਰੋਜ਼ ਸੁਣੀਆਂ ਰਹਿੰਦੀਆਂ। ਮੇਰੀ ਮਾਂ, ਨਾਨੀ ਤੇ ਹੋਰ ਉਰੋਂ ਪਰੋਂ ਆਈਆਂ ਗਈਆਂ ਅਕਸਰ ਇਹੋ ਆਉਂਦੀਆਂ, ਵੇਖੋ ਕੁੜੀ ਨੇ ਪਿਓ ਨੂੰ ਮਰਵਾਉਣ ਤੇ ਲੱਕ ਬੰਨ ਲਿਆ, ਪਹਿਲਾਂ ਉਦਲ ਗਈ, ਹੁਣ ਗਜੈਣੀਏ ਵਰਗਾ ਸ਼ੇਰ ਬੰਦਾ ਕਿਵੇਂ ਜਰਦਾ ਹੈ ਸਾਰਾ ਕੁਝ। ਉਸ ਮਾਲੂ ਨੂੰ ਛੱਡਣਾ ਕਿਵੇਂ ਸੀ? ਆਂਦੇ ਨੇ ਗਜੈਣੀਆਂ ਮਾਲੂ ਨੂੰ ਪੁੱਤਰ ਤੋਂ ਵੱਧ ਕੇ ਪਿਆਰ ਕਰਦਾ ਸੀ। ਉਹ ਨਿਕੜਵਾ ਸੋਹਣਾ ਵੀ ਸੁਣਿਆ ਰੱਜ ਕੇ ਸੀ, ਵੇਖਣ ਵਾਲੇ ਦੱਸਦੇ ਨੇ ਅੱਖ ਨਹੀਂ ਸੀ ਟਿਕਦੀ ਉਹਦੇ ਉੱਤੇ। ਇਹੋ ਸਭ ਉਹ ਵੀ ਕਿਹੜੀ ਗੱਟ ਹੈ, ਕਿੱਡੀਆਂ ਸੋਹਣੀਆਂ ਨੇ ਵੱਡੀਆਂ, ਇਹ ਤੇ ਉਹਨਾਂ ਤੋਂ ਵੀ ਚਾਰ ਹਿੱਸੇ ਵੱਧ ਹੈ। ਬਸ ਨਾ ਉਹਨੇ ਪਿਓ ਦੀ ਪੱਤ ਵੇਖੀ ਤੇ ਨਾ ਉਹਨੇ ਪੀਰ ਉਸਤਾਦ ਦੀ ਪੱਗ ਦਾ ਖਿਆਲ ਕੀਤਾ। ਨਹੀਂ ਤੁਹਾਨੂੰ ਕੀ ਪਤਾ ਹੋਵੇ, ਇਹ ਚੇਟਕ ਹੀ ਅਜਿਹਾ ਆਉਂਦਾ, ਕਿਸੇ ਦਾ ਵੱਸ ਹੀ ਨਹੀਂ ਰਹਿੰਦਾ ਆਪਣੇ ਆਪ ਉੱਤੇ, ਉਹ ਵਿਚਾਰੀ ਕੀ ਕਰਦੀ। ਮੈਂ ਦੋਵਾਂ ਨੂੰ ਵੇਖਿਆ ਤੇ ਨਹੀਂ, ਪਰ ਜੋੜੀ ਬੜੀ ਹੋਣੀ। ਹਾਏ ਨੀ, ਉਹ ਕੀ ਆਉਂਦੇ ਹੁੰਦੇ ਨੇ, ਇਹ ਇਸ਼ਕ ਨਾ ਛੱਡਦਾ ਫੱਕਾ ਕੁੜੇ। ਸਾਡੀ ਗੁਆਂਢਣ ਮਾਈ ਮਲੰਗਣੀ ਇਹ ਗੱਲਾਂ ਕਰਦੀ, ਕਿਸੇ ਹੋਰ ਜੱਗ ਤੋਂ ਹੀ ਬੋਲਦੀ ਜਾਪਦੀ। ਉਹਦੇ ਬੋਲਣ ਪਿੱਛੋਂ ਕਿਸੇ ਨੂੰ ਵੀ ਕੋਈ ਗੱਲ ਨਾ ਸੁੱਝਦੀ, ਸਾਰੀਆਂ ਚੁੱਪ ਹੀ ਹੋ ਜਾਂਦੀਆਂ। ਅਖੀਰ ਬਾਬਾ ਤੇ ਦੂਜੇ ਬੰਦੇ ਮਾਲੂ ਦੇ ਕਤਲ ਦੇ ਦੋਸ਼ ਵਿੱਚ ਸੈਸ਼ਨ ਸਪੁਰਦ ਹੋ ਗਿਆ। ਦੁਨੀਆਂ ਨੇ ਬਥੇਰਾ ਵਾਹ ਲਾਈ ਪਿਓ ਧੀ ਵਿਚਾਲੇ ਸੁਲ੍ਹਾ ਦੀ, ਪਰ ਨਾ ਤੇ ਕਿਸੇ ਨੂੰ ਬਾਬੇ ਗਜਿਆਣੀਏ ਆਪ ਟੋਰਿਆ ਤੇ ਨਾ ਹੀ ਸਾਬੋ ਆਖੇ ਲੱਗੀ। ਬਾਬੇ ਦੀ ਚੋਰ ਡਕੈਤ ਬਰਾਦਰੀ ਨੇ ਜੇਲ੍ਹ ਵਿਚ ਮੁਲਾਕਾਤਾਂ ਕਰਕੇ ਸਾਬੋ ਨੂੰ ਮਾਰਨ ਦੀਆਂ ਇਜਾਜ਼ਤਾਂ ਵੀ ਮੰਗੀਆਂ, ਪਰ ਬਾਬੇ ਨੇ ਅੱਗੋਂ ਸਭਨਾਂ ਨੂੰ ਇਹੋ ਆਖਿਆ, ਜਿਨ੍ਹੇ ਮੇਰੀ ਧੀ ਵੱਲ ਉਂਗਲ ਵੀ ਕੀਤੀ ਮੈਂ ਬਰੀ ਹੋ ਕੇ ਉਹਦਾ ਕਾਣ ਬੱਚਾ ਕੋਲੂ ਕਰ ਦਿਆਂ। ਸਾਬੋ ਨੇ ਸੈਸ਼ਨ ਅੱਗੇ ਵੀ ਪਿਓ ਦੇ ਬਰਖਿਲਾਫ਼ ਠੁੱਕ ਕੇ ਸ਼ਹਾਦਤ ਦਿੱਤੀ ਸੀ। ਫਿਰ ਵੀ ਗਜਿਆਣੀਆਂ ਬੰਨੇ ਆਵਣ ਦੀ ਗੱਲ ਕਰਦਾ ਸੀ, ਕਿਸੇ ਨੂੰ ਸਮਝ ਨਾ ਆਉਂਦੀ। ਕਸਬ ਦੇ ਪੀਰ ਉਸਤਾਦਾਂ ਨੂੰ ਪੱਕ ਸੀ ਕੋਈ ਅਜਿਹਾ ਨੁਕਤਾ ਜ਼ਰੂਰ ਹੈ ਗਜਿਆਣੀਏ ਕੋਲ
ਜਿਹੜਾ ਉਹਨੇ ਅਸਲ ਅੰਤਲੇ ਵੇਲੇ ਖੋਲਣਾ ਤੇ ਬਰੀ ਹੋ ਜਾਣਾ। ਉਹ ਇਹ ਵੀ ਆਖਦੇ ਸਨ ਧੀ ਨਾਲ ਗਜਿਆਣੀਏ ਨੇ ਨਿਬੜਨਾ ਵੀ ਆਪ ਹੀ। ਸਾਬੋ ਨਾਲ ਅੰਤਲੀ ਜਰਾ ਵਿੱਚ ਵਕੀਲਾਂ ਬੜਾ ਢਿੱਲ ਮਾਰਿਆ ਵੀ ਉਹ ਕਿਸੇ ਤਰ੍ਹਾਂ ਵੀ ਆਪਣੀ ਗੱਲ ਤੋਂ ਥਿੜਕ ਜਾਵੇ, ਪਰ ਕੀ ਮਜਾਲਗੀ ਉਹ ਵਾਲ ਜਿੰਨਾ ਵੀ ਕਿਧਰੇ ਥਿੜਕੀ ਹੋਵੇ। ਵਕੀਲਾਂ ਦੀ ਬੱਸ ਹੋਈ ਵੇਖ ਕੇ ਬਾਬੇ ਗਜਿਆਣੀਏ ਜੱਜ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ। ਜੱਜ ਨੇ ਇਜਾਜ਼ਤ ਦਿੱਤੀ ਤਾਂ ਆਖਣ ਲੱਗਾ, ਵਾਲਾ ਜਨਾਬ ਸ਼ਾਦੀ ਆਂਦਾ ਭਾਈ ਮਕਤੂਲ ਮੇਰੀ ਸੱਟ ਨਾਲ ਮੋਇਆ। ਡਾਕਟਰੀ ਰਿਪੋਰਟ ਦੱਸਦੀ ਹੈ ਮਕਤੂਲ ਦੀ ਮੌਤ ਸਿਰ ਦੀ ਸੱਟ ਨਾਲ ਹੋਈ, ਪਰ ਵਾਲਾ ਜਨਾਬ ਮੇਰੀਆਂ ਦੋਵੇਂ ਬਾਹਾਂ ਤੇ ਉਤਾਂ ਉੱਠਦੀਆਂ ਹੀ ਨਹੀਂ ਤੇ ਮਕਤੂਲ ਨੂੰ ਡਾਂਗ ਉਗਰੇ ਬਿਨਾਂ ਤੇ ਮੈਂ ਐਡੀ ਸੱਟ ਲਾ ਨਹੀਂ ਸਕਦਾ ਜਿਹਦੇ ਨਾਲ ਉਹ ਥਾਂ ਤੇ ਮਰ ਜਾਏ। ਇਹ ਵੇਖ ਲਓ ਨਾਲੇ ਡਾਕਟਰਾਂ ਨੂੰ ਵਿਖਾ ਲਓ। ਬਾਬੇ ਨੇ ਬਾਹਾਂ ਉਤਾਂ ਲਿਜਾਣ ਦਾ ਯਤਨ ਕਰਦਿਆਂ ਆਖਿਆ, ਉਹਦੀ ਇੱਕ ਬਾਂਹ ਤੇ ਸੱਚੀ ਮੁੱਚੀ ਉਤਾਂ ਨਹੀਂ ਸੀ ਹੁੰਦੀ, ਉਹ ਬਾਂਹ ਜਿਹਦਾ ਮੋਢੇ ਤੋਂ ਜੋੜ ਖਚਕ ਗਿਆ ਸੀ ਕਿਲੇ ਦੀ ਚੋਰੀ ਚ। ਬੜਾ ਨੁਕਤਾ ਸਾਂਭਿਆ ਸੀ ਬਾਬੇ ਨੇ, ਹਰ ਕੋਈ ਅਦਾਲਤ ਚ ਉਹਦੀ ਅਕਲ ਨੂੰ ਵਡਿਆਵਣ ਲੱਗ ਪਿਆ। ਹਰ ਕਿਸੇ ਨੂੰ ਪੱਕ ਹੋ ਗਿਆ ਵੀ ਹੁਣ ਗਜਿਆਣੀਆਂ ਬਚ ਗਿਆ, ਧੀ ਦਾ ਪਿਓ ਨੂੰ ਮਰਵਾਉਣ ਦਾ ਕਾਰਨਾ ਸਿਰੇ ਨਹੀਂ ਚੜ ਸਕਿਆ, ਧੀ ਪਿਓ ਤੋਂ ਵੱਟਾ ਨਹੀਂ ਲੈ ਸਕੀ। ਜੱਜ ਤੇ ਵਕੀਲਾਂ ਨੂੰ ਆਪਣੀ ਥਾਵੇਂ ਮੁੜਕਾ ਆ ਗਿਆ ਵੀ ਇੰਨੀਆਂ ਪੜਤਾਂ ਲਿਖਤਾਂ ਕਰਕੇ ਵੀ ਉਹਨਾਂ ਦੇ ਦਿਮਾਗਾਂ ਚ ਇਸ ਅਨਪੜ੍ਹ ਚੋਰ ਵਰਗੀ ਬਾਰੀਕ ਤੇ ਮੁਹੀਣ ਗੱਲ ਨਹੀਂ ਆ ਸਕੀ। ਉਹਨਾਂ ਨੂੰ ਇਕਦਮ ਆਪਣੇ ਥੋਥੇ ਹੋਣ ਦੀ ਲੜਕ ਸਹੀ ਹੋਣ ਲੱਗ ਪਈ ਤੇ ਉਹਨਾਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ। ਇੰਨਾ ਹੀ ਸਭ ਉਹ ਬੋਲ ਉੱਠੀ, ਜੱਜ ਸਾਹਿਬ ਡਾਕਟਰੀ ਰਿਪੋਰਟ ਲਈ ਦੋ ਸੱਟਾਂ ਮਾਰੂ ਸਾਬਤ ਹੋਈਆਂ ਨੇ, ਇੱਕ ਸਿਰ ਵਿੱਚ ਸੋਟੇ ਦੀ ਤੇ ਦੂਜੀ ਫਰ ਵਿੱਚ ਬਰਛੀ ਦੀ। ਮੇਰਾ ਪਿਓ ਠੀਕ ਆਂਦਾ ਵੀ ਉਹਦੀਆਂ ਦੋਵੇਂ ਬਾਹਾਂ ਸੋਟਾ ਉਗਰਨ ਲਈ ਉਤਾਂ ਨਹੀਂ ਜਾ ਸਕਦੀਆਂ। ਇਹ ਵੀ ਠੀਕ ਆਂਦਾ ਵੀ ਉਗਰੇ ਬਿਨਾਂ ਸੱਟ ਏਡੀ ਕਾਰਗਰ ਨਹੀਂ ਹੋ ਸਕਦੀ, ਪਰ ਜੱਜ ਸਾਹਿਬ ਮੇਰੇ ਪਿਓ ਦੀਆਂ ਬਾਹਾਂ ਕੁਝ ਤੇ ਮਾਰ ਸਕਦੀਆਂ ਨੇ, ਬਰਛੀ ਹੁਜ ਨਾਲ ਮਾਰੀ ਜਾਂਦੀ ਏ, ਪਰ ਜੱਜ ਸਾਹਿਬ ਮੇਰੇ ਪਿਓ ਦੀਆਂ ਬਾਹਾਂ ਹੁਜ ਤੇ ਮਾਰ ਸਕਦੀਆਂ ਨੇ, ਬਰਛੀ ਹੁਜ ਨਾਲ ਮਾਰੀ ਜਾਂਦੀ ਏ ਜਾਂ ਨਹੀਂ। ਅਦਾਲਤ ਚ ਟੋਕੀ ਖਲੀ ਦੁਨੀਆਂ ਜੱਜ ਤੇ ਵਕੀਲਾਂ ਸਣੇ ਚੁੱਪ ਦੀ ਚੁੱਪ ਰਹਿ ਗਈ। ਬਾਬੇ ਚ ਵੀ ਸਿਰ ਉਤਾਂ ਰੱਖਣ ਦੀ ਅੰਗ ਸੁਣਾ ਰਹੀ। ਜੱਜ ਆਪਣੇ ਸਾਹਮਣੇ ਪਈ ਡਾਕਟਰੀ ਰਿਪੋਰਟ ਨੂੰ ਮੋਟਿਆਂ ਸ਼ੀਸ਼ਿਆਂ ਦੀ ਐਨਕ ਨਾਲ ਮੁੜ ਕੇ ਪੜਨ ਲੱਗ ਪਿਆ ਤੇ ਫਿਰ ਮਾਲੂ ਦੇ ਕਤਲ ਦਾ ਫੈਸਲਾ ਹੋ ਗਿਆ। ਬਾਬੇ ਨੂੰ ਮੌਤ ਦੀ ਸਜ਼ਾ ਹੋ ਗਈ ਤੇ ਉਹਦੇ ਜਵਾਈਆਂ ਤੇ ਪੁੱਤਰ ਨੂੰ ਦੋ ਦੋ ਢਾਈ ਢਾਈ ਵਰੇ ਕੈਦ ਦੀ। ਬਾਬੇ ਰਾਮੂ ਗਜਿਆਣੀਏ ਨੇ ਜੇਲ੍ਹ ਦੀ ਗੱਡੀ ਚ ਚੜ੍ਹਨ ਤੋਂ ਪਹਿਲਾਂ ਮੇਰੇ ਨਾਨੇ ਨੂੰ ਸੱਦਿਆ ਤੇ ਆਖਣ ਲੱਗਾ, ਉਹ ਗੋਪੇ ਰਾਵਾ ਮੇਰੀ ਕੀਤੀ ਮੇਰੇ ਅੱਗੇ ਆਈ ਹੋ, ਮੈਂ ਜ਼ੁਲਮ ਕੀਤਾ ਸੀ ਉਹਦਾ ਫਲ ਮੈਨੂੰ ਮਿਲ ਗਿਆ, ਸਾਬੋ ਨਾਲ ਮੇਰਾ ਕੋਈ ਗਿਲਾ ਨਹੀਂ, ਤੂੰ ਮੇਰਾ ਭਰਾ ਹੈ, ਸਾਬੋ ਨੂੰ ਆਪਣੇ ਘਰ ਲੈ ਜਾਈ, ਮੁੰਡਿਆਂ ਨੇ ਟਲਣਾ ਕੋਈ ਨਹੀਂ ਹੋ। ਦੋ ਢਾਈ ਵਰੇ ਇਹਨਾਂ ਨੂੰ ਕੁਝ ਨਹੀਂ ਆਖਣ ਲੱਗੇ, ਇਹਨਾਂ ਦਿਨਾਂ ਵਾਂਗ ਲੰਘਾ ਲੈਣੇ ਨੇ ਤੇ ਫਿਰ ਸਾਬੋ ਨੂੰ ਜਾ ਪੜਨਾ ਹੀ, ਤੇਰੇ ਕੋਲ ਹੋਈ ਦੇ ਬੁਲਾ ਜਾਣਗੇ, ਮੇਰੀ ਗੱਲ ਦਾ ਮੁੱਲ ਹੁਣ ਤੂੰ ਹੀ ਪਾਣਾ, ਸਭ ਨੂੰ ਆਖੀ ਜੇ ਹੋਵੇ ਤਾਂ ਪਿਓ ਨੂੰ ਮਾਫ ਕਰ ਛੱਡੇ, ਚੰਗਾ ਅੱਲਾ ਵੇਲੇ। ਮੇਰਾ ਨਾਨਾ ਪੁੱਬੀ ਰੋਂਦਾ ਘਰ ਪਰਤ ਆਇਆ, ਸੈਸ਼ਨ ਦੇ ਫੈਸਲੇ ਦੇ ਬਰਖਿਲਾਫ ਹਾਈ ਕੋਰਟ ਵਿਚ ਅਪੀਲ ਹੋ ਸਕਦੀ ਸੀ ਪਰ ਬਾਬੇ ਨੇ ਮਨਾਹੀ ਕਰ ਦਿੱਤੀ ਤੇ ਔੜਕ ਬਾਬਾ ਰਾਮੂ ਗਜਿਆਣੀਆ ਧੀ ਦੀ ਸ਼ਹਾਦਤ ਉੱਤੇ ਫੱਟੇ ਲੱਗ ਗਏ। ਬਾਬੇ ਦੇ ਕੁਲਾਂ ਤੋਂ ਉੱਠ ਕੇ ਨਾਨਾ ਸਿੱਧਾ ਸਾਈਆਂ ਦੀ ਪੱਤੀ ਸਾਬੋ ਕੋਲ ਅਪੜਿਆ। ਸਾਬੋ ਨੇ ਪਿਓ ਦੇ ਪੱਗ ਵੱਟ ਭਰਾ ਨੂੰ ਆਪਣੀਆਂ ਬਰੂਹਾਂ ਤੇ ਵੇਖਦਿਆਂ ਸਾਰ ਤਾਂ ਕੇ ਜੱਫੀ ਗੱਤ ਲਈ ਤੇ ਉੱਚੀ ਉੱਚੀ ਰੋਵਣ ਲੱਗ ਪਈ।
ਮੇਰੇ ਬਾਬਲ ਦਿਆ ਵੀਰਾ ਵੇਖੇ ਨਹੀਂ ਹੋਣੀ ਦੇ ਕਾਰਨ ਕਿਵੇਂ ਬਰੀ ਹੋ ਅਸਾਂ ਮਾਣਿਆ ਕੁਛ ਚਿਰ ਦੋਵੇਂ ਬਾਬਾ ਪਤਰੀ ਇੱਕ ਦੂਜੇ ਦੇ ਗਲ ਲੱਗੇ ਰੋਂਦੇ ਰਹਿ ਥੋੜਾ ਪਾਰ ਹੌਲਾ ਹੌਲਾ ਹੋਇਆ ਤੇ ਨਾਨੇ ਨੇ ਸਭ ਉਹਨੂੰ ਆਪਣੇ ਜੁਮੇ ਲੱਗਿਆ ਛੇਕੜ ਦਾ ਕੰਮ ਦੱਸਿਆ ਸਭ ਅੱਗੋਂ ਕੁਝ ਨਾ ਬੋਲੀ ਚੁੱਪ ਕੀਤੀ ਸੁਣਦੀ ਰਹੀ ਤੇ ਚੁੰਨੀ ਨਾਲ ਨੱਕ ਤੇ ਅੱਖਾਂ ਪੂੰਝਦੀ ਰਹੀ ਲੋਡੇ ਵੇਲੇ ਜਦੋਂ ਨਾਨਾ ਉੱਥੋਂ ਟੁਰਨ ਲੱਗਾ ਤੇ ਸਭ ਵੀ ਇੱਕ ਪੋਟਲੀ ਫੜ ਕੇ ਉਹਦੇ ਨਾਲ ਹੋ ਟੁਰੀ ਪੱਤੀ ਦੇ ਸਾਰੇ ਲੋਕ ਵੇਖਦੇ ਰਹਿ ਗਏ ਸਭ ਉਹ ਕਿੰਨੇ ਵਰੇ ਮੇਰੇ ਨਾਨਕੇ ਘਰ ਰਹੀ ਉਹ ਜਿੰਨਾ ਚਿਰ ਰਹੀ ਮੇਰਾ ਨਾਨਾ ਮੁੜ ਕੇ ਕਦੀ ਉਹਦੇ ਸਾਹਮਣੇ ਨਾ ਹੋਇਆ ਅਖੇ ਮੈਨੂੰ ਮੇਰਾ ਯਾਰ ਰਹਿਮੂ ਗਰਿਆਣੀਆਂ ਚੇਤੇ ਆਉਣ ਲੱਗ ਪੈਂਦਾ।